ਇੱਕ ਪਾਸੇ ਤਾਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਅਤੇ ਪੁਲਿਸ ਦੇ ਵੱਲੋਂ ਥਾਂ ਥਾਂ ਤੇ ਹਾਈ ਟੈਕ ਨਾਕੇ ਲਗਾਏ ਹੋਏ ਨੇ, ਪਰ ਇਸ ਦੇ ਬਾਵਜੂਦ ਵੀ ਉੱਥੇ ਹੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਗੁੰਡਿਆਂ ਅਤੇ ਚੋਰਾਂ ਵੱਲੋਂ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਤਸਵੀਰਾਂ ਨਕੋਦਰ ਦੇ ਸਰਾਫਾ ਬਾਜ਼ਾਰ ਦੀਆਂ ਨੇ, ਜਿੱਥੋਂ ਦੋ ਮੁੰਡਿਆਂ ਨੇ ਨਕੋਦਰ ਦੇ ਵਿੱਚ ਅਜਿਹਾ ਚੰਨ ਚਾੜ ਦਿੱਤਾ ਕਿ ਜਿਸ ਨੂੰ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ, ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ। ਹੁਣ ਦੇਖੋ ਇਹ ਵੀਡੀਓ ਦੇ ਵਿੱਚ ਮੁੰਡੇ ਹੌਲੀ ਹੌਲੀ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ। ਅੱਗੇ ਦੇਖੋ ਇਹਨਾਂ ਦੀ ਘਟੀਆ ਕਰਤੂਤ। ਹਾਂਜੀ ਭਾਅ ਜੀ, ਕੀ ਨਾਮ ਜੀ? ਮੇਰੇ ਨਾਮ ਲਾਡੀ। ਲਾਡੀ ਭਾਅ ਜੀ, ਕੀ ਗੱਲਬਾਤ ਹੋਈ ਆ? ਬਸ ਸਵੇਰੇ ਕਦੋਂ ਜੀ ਆਏ ਆ, ਸਾਨੂੰ ਉਹਨਾਂ ਕੀ ਪਤਾ ਲੱਗਾ ਵੀ ਤੁਹਾਡਾ ਉਹਨਾਂ ਦੀ ਸ਼ਟਰ ਪੱਟਿਆ ਗਿਆ, ਮੁੰਡਾ ਉਹਨਾਂ ਕੀ ਚਾਹ ਦਾ ਕੰਮ ਕਰਦਾ ਮੂਹਰੇ, ਉਹਨੇ ਸਾਨੂੰ ਟੈਲੀਫੋਨ ਕੀਤਾ, ਛੋਟੇ ਬ੍ਰਦਰ ਦੇ ਘਰ ਗਏ ਅਤੇ ਛੋਟੇ ਬ੍ਰਦਰ ਨੇ ਸਾਨੂੰ ਟੈਲੀਫੋਨ ਕੀਤਾ, ਅਸੀਂ ਕਦੋਂ ਆ ਕੇ ਦੇਖਿਆ ਤਾਂ ਸ਼ਟਰ ਮੂਹਰੇ ਸਾਰਾ ਪੱਟਿਆ ਹੋਇਆ ਜੀ। ਦੁਕਾਨ ਦਾ ਨਾਮ ਕੀ ਆ? ਆਪਣੇ ਮੋਹਿਤ ਗਾਰਮੈਂਟ। ਮੋਹਿਤ ਗਾਰਮੈਂਟ ਜੀ, ਕਿਹੜੇ ਬਾਜ਼ਾਰ 'ਚ? ਇਹ ਸਰਾਫਾ ਬਾਜ਼ਾਰ 'ਚ। ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਜੀ? ਗੁਆਂਢੀਆਂ ਦੇ ਲੱਗੇ ਜੀ, ਆਪਣੇ ਹੀ ਲੱਗੇ। ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਕੰਪਲੇਂਟ ਕਰਤੀ? ਹਾਂਜੀ, ਕੰਪਲੇਂਟ ਕੀਤੀ, ਉਹ ਇੱਕ ਜਣਾ ਆਇਆ ਸੀ, ਉਹ ਸਨੈਪ ਖਿੱਚ ਕੇ ਲੈ ਗਿਆ ਤਾਂ ਉਹਨਾਂ ਨੇ ਸ਼ਟਰ ਖਿਲਾ ਦਿੱਤਾ ਜੀ। ਨੁਕਸਾਨ ਕਿੰਨਾ ਕੁ ਹੋਇਆ ਆਪਣਾ? 75 ਤੋਂ 80 ਦੇ ਵਿੱਚ ਵਿੱਚ ਹੋਇਆ। ਕੀ ਸੀਗਾ? ਉਹ ਜੈਂਟਸ ਪਜਾਮੇ ਪਜੂਮੇ ਸੀਗੇ, ਸ਼ਰਟਾਂ ਜੀ, ਟੀ ਸ਼ਰਟਾਂ ਜੀ, ਗਾਰਮੈਂਟ ਦਾ ਸਮਾਨ ਚੁੱਕ ਕੇ ਲੈ ਗਏ, ਬੈਗ ਬੂਕ ਸੀਗੇ, ਕੈਸ਼ ਸੀਗਾ 8-10 ਹਜ਼ਾਰ ਰੁਪਈਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਮੰਗ ਕੋਈ ਇਹ ਪ੍ਰਸ਼ਾਸਨ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਫੜੇ ਜਾਣ, ਸਾਡਾ ਇਨਸਾਫ ਦਿੱਤਾ ਜਾਣ। ਹਾਂਜੀ ਸਰ, ਕੀ ਨਾਮ ਜੀ? ਪ੍ਰਮੋਦ ਸ਼ਰਮਾ ਜੀ। ਸ਼ਰਮਾ ਜੀ, ਕੀ ਕਹਿਣਾ ਚਾਹੋਗੇ ਜਿਹੜਾ ਹੈਗਾ ਦੁਕਾਨਾਂ ਨੂੰ ਜਿਹੜਾ ਹੈਗਾ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ? ਦਿਨ ਤੋਂ ਦਿਨ ਚੋਰੀ ਆਉਂਦੀ, ਨਵੇਂ ਤੋਂ ਨਵੀਂ ਇਸ ਬਾਜ਼ਾਰ 'ਚ ਪਹਿਲੀ ਵਾਰੀ ਇੱਦਾਂ ਦੀ ਚੋਰੀ ਦੇਖੀ ਹੈ, ਕਦੇ ਨਹੀਂ ਹੋਈ। ਅੱਗੇ ਚੌਂਕੀਦਾਰ ਸੀ, ਚੌਂਕੀਦਾਰ ਨੂੰ ਕੁੱਟਿਆ, ਕੁੱਟ ਕੇ ਕੋਈ ਚੌਂਕੀਦਾਰ ਨਹੀਂ ਆ ਰਿਹਾ, ਪੁਲਿਸ ਦੀ ਗਲਤ ਚਾਹੀਦੀ ਹੈ। ਬਸ ਇਹ ਮੰਗ ਆ, ਜਿਹੜਾ ਚੋਰੀ ਹੋਈ ਹੈ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਸੀਸੀਟੀਵੀ ਕੈਮਰੇ ਵਗੈਰਾ ਬਾਜ਼ਾਰ 'ਚ ਲੱਗੇ ਆ? ਬਾਜ਼ਾਰ 'ਚ ਲੱਗੇ ਆ, ਉਹ ਚੈੱਕ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ। ਕੁਛ ਪਤਾ ਲੱਗਾ ਕਿ ਕਿੰਨੇ ਜਣੇ ਸੀਗੇ? ਨਹੀਂ ਹਾਲੇ ਸੀਸੀ ਕੈਮਰੇ ਚੈੱਕ ਕਰਨੇ ਆ, ਉਹਦੇ ਵਿੱਚ ਫਿਰ ਪਤਾ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਚੋਰ ਮੁੰਡੇ ਦੁਕਾਨ 'ਚੋਂ ਸਮਾਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ, ਜਿਸ ਦੇ ਬਾਬਤ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਫਰਾਰ ਹੋਏ ਮੁੰਡਿਆਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ। ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।